ਅਜੀਤ ਵੈਬ ਟੀਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਸੁਰਿੰਦਰ ਪਾਲ ਸਿੰਘ ਵਰਪਾਲ ਅੱਜ ਅਸੀਂ ਪਹੁੰਚੇ ਹਾਂ ਦਰਦ 47 ਦੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਅਮਰitsar ਦੇ ਪਿੰਡ ਮੱਖਣਵਿੰਡੀ ਛੀਨਾ ਪੱਤੀ ਇੱਥੇ ਬਾਪੂਜੀਤ ਸਿੰਘ ਜੀ ਆਪਣੇ ਹਸਦੇ ਵਾਸਤੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਜੀਵਨ ਬਸਰ ਕਰ ਰਹੇ ਨੇ ਜਦੋਂ ਦੋ ਦੇਸ਼ਾਂ ਦੇ ਵਿੱਚ ਭਾਰਤ-ਪਾਕ ਦੇ ਵਿੱਚ ਇੱਕ ਲਕੀਰ ਖਿੱਚੀ ਗਈ ਸੀ ਤਾਂ ਉਦੋਂ ਉਧਰੋਂ ਇੱਧਰ ਕਿਸ ਤਰੀਕੇ ਦੇ ਨਾਲ ਆਏ ਕਿੰਨਾ ਹਾਲਾਤਾਂ ਦੇ ਨਾਲ ਆਏ ਤੇ ਇੱਥੇ ਆ ਕੇ ਮੋੜ ਆਪਣੀ ਜ਼ਿੰਦਗੀ ਦੁਬਾਰਾ ਕਿਸ ਤਰੀਕੇ ਦੇ ਨਾਲ ਸ਼ੁਰੂ ਕੀਤੀ ਆ ਅੱਜ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜ਼ੁਬਾਨੀ ਜਾਣਾਂਗੇ ਉਹਨਾਂ ਹਾਲਾਤਾਂ ਨੂੰ ਕਿੰਨਾ ਹਾਲਾਤਾਂ ਦੇ ਵਿੱਚ ਇਹਨਾਂ ਦੁਬਾਰਾ ਆਪਣੀ ਜੀਵਨ ਜਿਹੜਾ ਸੀ ਉਹ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਬਾਪੂ ਜੀ ਜਦੋਂ ਭਾਰਤ-ਪਾਕ ਦੀ ਵੰਡ ਹੋਈ ਸੀ ਹਾਂਜੀ ਤੁਹਾਡੀ ਉਮਰ ਕਿੰਨੀ ਸੀ ਤੇ ਤੁਹਾਡਾ ਇਲਾਕਾ ਕਿਹੜਾ ਸੀ ਉੱਧਰ ਤਹਾਂ ਲੱਗੇ ਜੀਰਾਲ ਐਪੋਰਟ ਤੋਂ ਸੀਟੋਪਾਟੇ ਆਏ ਸੰਗ ਜੀ ਤੇ ਉਮਰ ਕਿੰਨੀ ਸੀ ਤੁਹਾਡੀ ਉਦੋਂ ਉਦੋਂ ਮੈਂ 16 ਸਾਲ ਦੀ ਠੀਕ ਹੈ ਤੇ ਜਦੋਂ ਇਹ ਵਨ ਡੋਏ ਸੀ ਉਦੋਂ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਟਿਕ ਪਰਿਵਾਰ ਦਾ ਕਾਰੋਬਾਰ ਕੀ ਸੀ ਖੇਤੀਬਾੜੀ ਜੀ ਤੇ ਹੋਰ ਪਰਿਵਾਰ ਦੇ ਵਿੱਚ ਕਿਹੜੇ-ਕਿਹੜੇ ਮੈਂਬਰ ਸੀ ਉਸ ਵੇਲੇ ਤੁਹਾਡੇ ਸਾਡੀ ਚਾਹ ਜੀ ਵੀ ਹੈਗੀ ਸੀ ਜੀ ਤੇ ਹੋਰ ਵੀ ਹੈਗੀ ਸਾਡੀ ਅਣਗੋੜਾ ਵੀ ਹੈਗੀ ਜੀ ਜੀ ਇਹ ਜਦੋਂ ਦੋਵਾਂ ਸਰਕਾਰਾਂ ਜਿਹੜੀਆਂ ਸੀ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੀ ਇਹ ਵੰਡ ਹੋ ਗਈ ਆ ਇੱਕ ਪਾਕਿਸਤਾਨ ਬਣਾ ਦਿੱਤਾ ਗਿਆ ਇੱਕ ਭਾਰਤ ਬਣਾ ਦਿੱਤਾ ਗਿਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਮੈਸੇਜ ਮਿਲਿਆ ਸੁਨੇਹਾ ਮਿਲਿਆ ਕਿ ਹੁਣ ਜਿਹੜੇ ਨੇ ਦੋ ਮੁਲਕ ਬਣ ਜਾਣੇ ਆ ਇਹ ਕੋਈ ਕੋਈ ਦਿਨ ਜੀ ਰੋ ਪੈ ਗਿਆ ਜੀ ਕੋਈ ਦਿਨਾਂ ਜੀ ਅਜਿਹਾ ਪਕ ਤਦ ਹੀ ਗੜਬੜ ਜਾਈ ਬਣ ਗਈ ਸਰੀਰ ਉੱਠ ਕੇ ਇਧਰ ਰੋਣਾ ਪਿਆ ਤੇ ਜਦੋਂ ਤੁਹਾਨੂੰ ਮੈਸੇਜ ਮਿਲਿਆ ਸੁਨੇਹਾ ਮਿਲਿਆ ਕਿ ਤੁਹਾਨੂੰ ਹੁਣ ਉੱਧਰ ਜਾਣਾ ਪਏਗਾ ਫਿਰ ਉੱਥੋਂ ਕਿਸ ਤਰੀਕੇ ਦੇ ਨਾਲ ਤੁਸੀਂ ਫਿਰ ਇੱਧਰ ਆਏ ਉਹ ਤੁਸੀਂ ਆਉਂਗੇ ਅੱਜ ਹੋਰ ਬਹੁਤ ਭਾਗੇ ਹੋਰ ਸਹੀ ਸੀ ਪਿੱਛੇ ਲੋਕ ਗੁਜ਼ਰ ਕੇ ਗਏ ਪਿੱਛੇ ਪਿੱਛੇ ਲੋਕ ਸੀ ਉਹ ਸਾਡੇ ਕੋ ਸਾਡੇ ਪਿੰਡਾਂ ਨਾਲ ਵਸੇ ਜੀ ਉਹ ਵਸੇ ਤੇ ਜੜੀਏ ਕਿ ਦੂਜੇ ਨੇ ਫੇਸਨ ਫਿਰ ਕਰਨਾ ਪਿਆ ਜੀ ਜੀ ਤੇ ਤੁਹਾਡੇ ਨਾਲ ਹੋਰ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਸੀ ਜਾਂ ਉਹ ਇਲਾਕੇ ਦੇ ਕਿਹੜੇ ਕਿਹੜੇ ਲੋਕ ਸੀ ਜਿਹੜੇ ਇਸ ਤਰੀਕੇ ਨਾਲ ਤੁਹਾਡੇ ਇੱਧਰ ਆਏ ਪਿੰਡ ਹੀ ਸਾਡਾ ਸੀ ਜੀ ਜੀ ਕੋਈ ਪਿੰਡੀ ਬਾਜੀ ਕਾਫੀ ਹੀ ਵੱਡਾ ਪਿੰਡ ਸੀ ਸਾਡਾ ਜੀ 294 ਪਿੰਡ ਜੀ ਜੀ ਇਹਨਾਂ ਦਾ ਨਾਮ 200 ਚੈੱਕ ਨੰਬਰ ਸੀ 294 ਜੀ 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 ਤੇ ਉਹ ਪਰਿਵਾਰ ਦੇ ਵਿੱਚ ਜਿਹੜੇ ਉਹ ਤੁਹਾਡਾ ਪਿੰਡ ਸੀ ਪਿੰਡ ਦੇ ਵਿੱਚ ਹੋਰ ਕਿਹ ਕਿ ਕਿਸ ਤਰੀਕੇ ਦੇ ਲੋਕ ਰਹਿੰਦੇ ਸੀ ਉੱਥੇ ਤੜੀ ਬਿਰਾਦੀ ਸਾਈਂ ਬਹੁਤ ਯਾਦੀ ਸੀ ਕੋਈ ਮਜਬੀ ਸਿੰਘ ਸੀ ਹਰੀ ਜਨ ਜੀ 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 ਤੇ ਕੋਈ ਮੁਸਲਮਾਨ ਵੀ ਆਗੇ ਛੋੜੇ ਜੀ 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 ਹਾਂ ਬਾਪੂ ਜਦੋਂ ਅਸੀਂ ਇਤਿਹਾਸ ਦੇਖਦੇ ਆ ਬੜਾ ਕੁਝ ਸੁਣਨ ਨੂੰ ਵੀ ਮਿਲਦਾ ਹੈ ਕਿ ਉਦੋਂ ਹਾਲਾਤ ਬਹੁਤ ਮਾੜੇ ਸੀ ਮਾੜੇ ਹੀ ਮਾੜੀ ਜੀ ਤੁਸੀਂ ਕੁਝ ਅੱਖੀ ਸਾਰਾ ਕੁਝ ਦੇਖਿਆ ਹੋਵੇ ਜਿਹੜਾ ਅੱਜ ਵੀ ਤੁਹਾਨੂੰ ਯਾਦ ਹੋਵੇ ਸਾਰਾ ਕੁਝ ਦੇਖਿਆ ਜੀ ਮੁਸਲਮਾਨ ਵੱਡੇ ਪਿੰਦੇ ਹੀ ਗਲੀ ਇਤਿਹਾਸ ਨਿਕੀ ਪਿੰਦੇ ਹੀ ਜੀ 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 ਲਾਜ਼ ਬਹੁਤ ਖਾਬ ਹੋ ਗਿਆ ਸੀ आज ਉਹ ਪਾਕਪਨ ਦੋਨੇ ਵਾਧਾ ਗਿਆ ਹੀ ਕਾਮ ਜੀ 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 ਹਾਂਜੀ ਤੇ ਤੁਸੀਂ ਰਸਤੇ ਦੇ ਵਿੱਚ ਕੋਈ ਇਹੋ ਜਿਹਾ ਦ੍ਰਿਸ਼ ਵੇਖਿਆ ਹੋਵੇ ਕੁਮਾਰਕੁੱਟ ਦਾ ਜਾਂ ਵੱਡ ਟੋਕ ਦਾ ਵੱਡ ਟੋਕ ਬਦਲਦੇ ਹੜ ਗਏ ਆਏ ਬਦਲਦੇ ਹੜ ਤੇ ਉਹਦੇ ਕਟਾੜੀ ਬਹੁਤ ਹੋ ਗਈ ਆ 80 ਲਾਸ਼ਾਂ ਦੀ ਲਾਸ਼ਾਂ ਪਈਆਂ ਤੁਹਾਨੂੰ ਕਿਹਾ ਨੇ ਆਖਿਆ ਵੀ ਲਾਹਿਆ ਬਹਿ ਜਾਣਾ ਅੱਖਾਂ ਬੰਦ ਕੇ ਨਕਸੂਰ ਮੂੰਹ ਘੁੜ ਕੇ ਨਿਕਲ ਜਾਓ ਕਿ ਮਾਰ ਨਹੀਂ ਜਾਏ ਸਭ ਤੇ ਹੀ ਆ ਗਏ ਜੀ 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 ਤੁਹਾਡਾ ਜਿਹੜਾ ਵਫ਼ਦ ਸੀ ਉਧਰੋਂ ਜਿਹੜਾ ਇਕੱਠੇ ਤੁਸੀਂ ਹੋ ਕੇ ਆਏ ਹੋ ਹਾਂਜੀ ਤੁਹਾਡੇ ਤੋਂ ਵੀ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਮਾਰ ਕਟਾਈ ਕਰਨ ਦੀ ਕੋਈ ਨਹੀਂ ਕੀਤੀ ਗਈ ਆ ਗਏ ਅਮੰਤਿਆ ਨਾ ਸਹੀ ਰਹੇ ਉਹ ਡਰ ਜਰੂਰੀ ਸੀ ਕਿ ਮਾਰਨਾ ਦੇਵੇ ਰੋਟੀ ਖਾਂ ਜਾਂਦੇ ਡਰਦੇ ਜਾਂਦੇ ਨਹੀਂ ਲੋਗ ਜੀ ਜੀ ਇਹ ਪਹੂ ਬਹੁਤ ਸੀ ਉਹਨਾਂ ਨੂੰ ਮਿਲਟਰੀ ਆਈ ਡੋਰਾ ਮਿਲਟਰੀ ਉਹ ਤਾਂ ਕਰਦੀ ਫਿਰ ਗੋਲਖਾ ਮਿਲਟਰੀ ਆ ਗਈ ਉਹਦੇ ਅਗਰੇ ਚੋਂ ਅਸੀਂ ਚੱਲਦੇ ਹ ਆਪਣਾ ਪੜ ਗਏ ਤੇ ਅੱਕਾਟ ਪੱਟੇ ਜਨੇ ਕੱਟਨੇ ਆ ਆਸੇ ਤੁਸੀਂ ਉੱਥੇ ਸਕੂਲ ਵਿੱਚ ਵੀ ਜਾਂਦੇ ਹੁੰਦੇ ਸੀ ਪੜ੍ਹਨ ਵਾਸਤੇ ਨਹੀਂ ਪੜ੍ਹੇ ਉੱਦੋਂ ਹੀ ਆ ਇਦੋਂ ਨਹੀਂ ਪੜੇ ਆਣ ਕੇ ਜੀ 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 ਉਹ ਅੱਠ ਮਿਡਲ ਕਰ ਲਈ ਸੀ ਮੈਂ ਉੱਦੋਂ ਠੀਕ ਹੈ ਜੀ ਸੌ ਹੋ ਜਾਂਦਾ ਮੈਂ ਉਦੋਂ ਜੀ ਮਿਡਲ ਕਰ ਲਈ ਉਹ ਟਾਂ ਦੇ ਕਿਵੇਂ ਦਾ ਮਾਹੌਲ ਹੁੰਦਾ ਸੀ ਸਕੂਲ ਦਾ ਪਿੰਡ ਦਾ ਕਿਸ ਤਰੀਕੇ ਦਾ ਸਕੂਲ ਦਾ ਮਾਹੌਲ ਬਹੁਤ ਚੰਗਾ ਸੀ ਬਹੁਤ ਜ਼ਿਆਦਾ ਚੰਗਾ ਸੀ ਜੀ ਜਨੂਆ ਸੂਹ ਸੀ ਜਨੂਆ ਰੇਟੇਸ਼ਨ ਸੀ ਜੀ ਤੇ ਗਾਂ ਪਾਣ ਕੇ ਜਾਣਾ ਗੋਲੇ ਚੈ ਜਾਣਾ ਮੁੜੀ ਜਾਂਦੇ ਗੱਡੀ ਚੜ ਕੇ ਬਹਿ ਜਾਣਾ ਗੋਹਿਆਂ ਫੇਰ ਕੇ ਦੁਕਾਨੂ ਕਰ ਆ ਜਾਣਾ ਜੀ 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 ਫੇ ਜਦੋਂ ਹੁਣ ਤੁਸੀਂ ਕਦੇ ਹੁਣ ਇਕੱਲੇ ਬੈਠਦੇ ਹੋ ਜਾਂ ਪਰਿਵਾਰ ਦੇ ਵਿੱਚ ਗੱਲਬਾਤ ਚੱਲਦੀ ਆ ਤੁਹਾਡੇ ਪੁਰਾਣੇ ਘਰ ਦੀ ਪਾਕਿਸਤਾਨ ਜਿਹੜਾ ਰਹਿ ਗਿਆ ਤੂੰ ਫਿਰ ਕੀ ਮਹਿਸੂਸ ਕਰਦੇ ਹੋ ਕਦੇ ਉੱਧਰ ਜਾਣ ਦਾ ਦਿਲ ਕਰਦਾ ਕਦੇ ਤੁਹਾਡਾ ਦੁਆਰਾ ਦਿਲ ਦੀ ਗੱਲਾਂ ਸੁਣਨ ਜਾਣ ਨਹੀਂ ਲੱਗੇ ਨੇ ਚਲੋ ਸਰਕਾਰਾਂ ਦੇ ਫੈਸਲੇ ਨਹੀਂ ਜਾ ਸਕਦੇ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਤਾਂ ਇਹ ਖਿਆਲ ਆਉਂਦਾ ਹੈ ਤੁਹਾਡੇ ਦਿਮਾਗ ਦੇ ਵਿੱਚ ਕਿ ਜੇ ਮੈਂ ਆਪਣੇ ਘਰ ਦੇ ਵਿੱਚ ਕਿਉਂਕਿ ਜਿੱਥੇ ਬੰਦਾ ਜੰਮਿਆ ਪਲਿਆ ਹੁੰਦਾ ਹੈ ਉਹ ਜੜ੍ਹਾਂ ਹੁੰਦੀਆਂ ਨੇ ਉਹਨੂੰ ਕਦੇ ਬੰਦਾ ਇਨਸਾਨ ਜਲਦੀ ਕੀਤੇ ਭੁੱਲ ਨਹੀਂ ਸਕਦਾ ਨਹੀਂ ਭੁੱਲਦਾ ਜੀ ਤੇ ਤੁਸੀਂ ਕਦੇ ਅੱਜ ਜੇ ਜਾਣ ਦਾ ਮੌਕਾ ਮਿਲੇ ਸਰਕਾਰ ਤੁਹਾਨੂੰ ਮੌਕਾ ਦੇਵੇ ਤੁਸੀਂ ਜਾਣਾ ਚਾਹੋਗੇ ਉਧਰ ਹਾਂ ਜਾਣਾ ਚਾਹਾਂਗੇ ਕਿਸ ਤਰੀਕੇ ਦਾ ਹੁੰਦਾ ਸੀ ਮਾਹੌਲ ਤੁਹਾਡਾ ਉਥੋਂ ਦਾ ਘਰ ਕਿਵੇਂ ਦਾ ਸੀ ਜਾਂ ਉਥੋਂ ਦੇ ਯਾਰ ਬੇਲੀ ਤੁਹਾਡੇ ਕਿਸ ਤਰੀਕੇ ਦੇ ਸੀ ਉੱਥੇ ਯਾਰ ਸਾਡੇ ਬਹੁਤ ਵੱਡੇ ਬੀਜੀ ਫੁੱਟਚ ਉਹ ਬੜੇ ਹੀ ਗੇ ਇਹ ਗੱਡਿਆ 2.5 ਕਿਲੋ ਮੈ ਇੱਕ 1 ਅਕਰੋ ਜਾਂ ਵਿਚੇ ਫੇਨਗਦੇ ਜਾਣਾ ਜੀ 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 ਤੁਹਾਡੇ ਯਾਰ ਦੋਸਤ ਵੀ ਬਣੇ ਹੋਣਗੇ ਜਦੋਂ ਸਕੂਲ ਪੜ੍ਹਦੇ ਸੀ ਉਹ ਵੀ ਸਾਡੇ ਜਿਮਾਤੀ ਬੜੇ ਹੀ ਗੇ ਜੀ ਉਹ ਜਦੋਂ ਤੁਸੀਂ ਇੱਧਰ ਆਏ ਹੋ ਤੁਹਾਡੇ ਨਾਲ ਵੀ ਆ ਗਏ ਸਾਰੇ ਕਿ ਜਾਂ ਉੱਧਰ ਵੀ ਕੁਝ ਰਹਿ ਗਏ ਸੀ ਨਹੀਂ ਵਾਹ ਅਹੀਂ ਆ ਗਏ ਆਪਣੇ ਪਿੰਡ ਲਈ ਜੇ ਲੋਕ ਜੀ ਆਏ ਆ ਉਹ ਮਜ਼ਮਨ ਜਿਹੜੇ ਕੰਮੀ ਆਵੇ ਕਰਦੇ ਉਹ ਉਹਦੇ ਰਹਿ ਗਏ ਜੀ 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 ਬਾਕੀ ਹੈਗੇ ਕਮੇਗ ਆ ਕੇ ਮੋਚੀ ਤੇਲੀ ਜੀ ਆਹ ਸੀ ਥੋਬੀ ਅਗੇ ਲੀੜੇ ਤੋਂ ਆਏ ਸਾਡੇ ਜੀ 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 ਥੋਬੀ ਅਕੇ ਨੀਏ ਤੋਂ ਨੂੰ ਜੀ ਹਾਂਜੀ ਕੋਈ ਯਾਰ ਦੋਸਤ ਜਿਹਦਾ ਅੱਜ ਵੀ ਤੁਹਾਨੂੰ ਨਾਮ ਯਾਦ ਹੋਵੇ ਨਾਮ ਮਜ਼ਮਨ ਦਾ ਅੱਲਾ ਰੱਖਾ ਜੀ ਮੌਜਾ ਬਖੇ ਜੀ ਗਿਆਨਾ ਤੇਲੀ ਬੋ ਦਿਆ ਮਤੋਂ ਨੰਦੇ ਨਾਂ ਜੇ ਉਹਨਾਂ ਦੇ ਨਾਮ ਦੇ ਹੋਣੇ ਜੀ ਜਾਂਦਾ ਮਾਉਨਾ ਗੋਦਾ ਜੀ ਉਹਨੇ ਕਦੇ ਜਿਹੜੇ ਬਚਪਨ ਦੇ ਵਿੱਚ ਦੇਣ ਤੁਸੀਂ ਉੱਥੇ ਗੁਜ਼ਾਰੇ ਨੇ ਇਕੱਠੇ ਖੇਡਦੇ ਰਹੇ ਸੀ ਜਾਂ ਪੜ੍ਹਦੇ ਰਹੇ ਹੋ ਕੋਈ ਯਾਦ ਕੋਈ ਉੱਥੋਂ ਦੀ ਜਿਹੜੀ ਅੱਜ ਵੀ ਤੁਹਾਡੇ ਜਿਹਨ ਦੇ ਵਿੱਚ ਤੇ ਦਿਮਾਗ ਦੇ ਵਿੱਚ ਹੋਵੇ ਕੋਈ ਜਦੋਂ ਤੁਸੀਂ ਉੱਥੇ ਖੇਡਦੇ ਹੁੰਦੇ ਸੀ ਸਕੂਲ ਦੇ ਵਿੱਚ ਜਾਂ ਪੜ੍ਹਦੇ ਹੁੰਦੇ ਸੀ ਉਹ ਜਾਨੀ ਮੈਂ ਸਮਝ ਹੈਗਾ ਸੀ ਉੱਥੇ ਹੀ ਖੇਡਦੇ ਰਹੇ ਆ ਖੇਡ ਕਰਕੇ ਦੁਕਾਨ ਉੱ ਘਰ ਨੂੰ ਆ ਜਾਣਾ ਜੀ ਤੇ ਇੱਥੇ ਫਿਰ ਤੁਸੀਂ ਕਿਸ ਤਰੀਕੇ ਨਾਲ ਆਏ ਇਸ ਪਿੰਡ ਦੇ ਵਿੱਚ? ਇਹ ਜੀ ਇਹਦੇ ਲਾਟ ਹੋ ਗਈ। ਜੀ। ਨਹੀਂ ਛੜ ਗਿਆ ਨੇ ਪਾਸਾਂ ਦੀ ਉਹਨਾਂ ਲਾਟ ਹੋਣੀ ਜੀ ਉਹਦਾਂ ਲਾਟ ਹੋ ਗਈ। ਜਦੋਂ ਤੁਸੀਂ ਫਿਰ ਉਧਰੋਂ ਇੱਧਰ ਆਏ ਸਰਕਾਰ ਵੱਲੋਂ ਕੋਈ ਸਹਾਇਤਾ ਕੀਤੀ ਕੀ ਤੁਹਾਡੇ ਪਰਿਵਾਰ ਦੀ ਜਾਂ ਕਿਸੇ ਤਰੀਕੇ ਦੇ ਨਾਲ? ਨਹੀਂ ਉਹ ਸਾਨੂੰ ਕਿ ਇਹ ਵਾਂਡੇ ਦੇ ਉਹਨਾਂ ਕਰ ਦਿੱਤੀ। ਪੀਹ ਜਿਹੜਾ ਛੜ ਗਿਆ ਰਕਾਰ ਦਾ ਪੀਲਾ ਗਈ ਤੇ ਉਹ ਉਹ ਤਾਂ ਲਾਟ ਨਹੀਂ ਹੋਣੀ ਜੀ ਜੀ। ਹੋਣ ਕਿਵੇਂ ਦੀ ਜ਼ਿੰਦਗੀ ਤੁਸੀਂ ਸੰਤੁਸ਼ਟ ਹੋ ਆਪਣੀ ਜ਼ਿੰਦਗੀ ਤੋਂ ਠੀਕ ਆ ਵਧੀਆ ਠੀਕ ਹੈ ਕੋਈ ਬਾਪੂ ਜੀ ਇਹੋ ਜੀ ਯਾਦ ਜਿਹੜੀ ਤੁਸੀਂ ਸਾਡਰਾ ਸਾਂਝੀ ਕਰਨੀ ਚਾਹੋ ਉਸ ਦਰਦ ਦੀ ਜਿਹੜਾ ਤੁਸੀਂ ਦੇਖਿਆ ਸੀ ਜਾਂ ਹੰਡਾਇਆ ਸੀ ਆਪਣੇ ਪਿੰਡੇ ਤੇ ਨਹੀਂ ਜੀ ਇਹੀ ਹੋਣਾ ਚਾਹੁੰਦੇ ਹਾਂ ਉਹਦੇ ਅਗਲੇ ਨਹੀਂ ਜਾਣਾ ਬਾਪੂ ਜੀ ਤੁਹਾਡੇ ਉੱਥੇ ਲਾਗੇ ਕਿਹੜੇ ਕਿਹੜੇ ਪਿੰਡ ਸੀ ਤੁਹਾਡੇ ਪਿੰਡ ਦੇ ਨਾਲ ਹੋਰ ਕਿਹੜੇ ਦਾਦਾ ਪੁਰਾ ਜੀ ਭੂਆ ਬਲਗਣਾ ਕਹਿਰੋਂ ਜੀ ਪਰਾਸੌਰ ਬਿਆਨ ਵਾਲਾ ਗਮਟਾ ਮੁਰਾਣੇ ਪਿੰਕੇ ਵਾਲੇ ਹੀ ਲੱਗੀ ਸਾਡੀ ਜੀ ਵਾਲੇ ਮੁੰਡੇ ਟੜਨੇ ਪੜ੍ਹਦੇ ਵਾਲਿਆਂ ਦੇ ਜੀ ਜੀ ਹਾਂ ਤੇ ਪਿੰਡਾਂ ਦੇ ਮੁੰਡੇ ਜਿਹੜੇ ਤੁਸੀਂ ਦੱਸਿਆ ਪੜ੍ਹਦੇ ਸੀ ਤੁਹਾਡੇ ਨਾਲ ਤੂੰ ਫਿਰ ਜਦੋਂ ਇਹ ਵੰਡ ਹੋਈ ਸੀ ਹਾਂਜੀ ਤੂੰ ਫਿਰ ਤੁਹਾਡੇ ਨਾਲ ਇੱਧਰ ਆਏ ਕਿ ਜਾਂ ਉੱਧਰ ਹੀ ਰਹਿ ਗਏ ਜਾਂ ਉਹਨਾਂ ਨਾਲ ਬਾਅਦ ਚ ਸੰਪਰਕ ਹੋਇਆ ਕਿ ਜੇ ਸਾਡੇ ਪਿੰਡੇ ਵੀ ਸਾਡੇ ਨਾਲ ਹੀ ਹੋਣੇ ਸੀਗੇ ਤੇ ਜੇ ਮਦਾਨੀ ਉਹਨਾਂ ਦਾ ਪਿੰਡ ਲੱਗੇ ਵਾਲਾ ਹੀ ਉਸੇ ਉਹ ਸੇਬ ਹੈ ਜੀ ਹਾਂ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕਦੀ ਮਿਲੇ ਯਾਰ ਬੇਲੀ ਜਿਹੜੇ ਤੁਹਾਡੇ ਨਾਲ ਬਚਾ ਕੋਈ ਨਹੀਂ ਮਿਲਿਆ ਮਸਮਨ ਉਹਦੇ ਜਿਹੜੇ ਮੈਨਾਂ ਸਾਨੂੰ ਕਿਸੇ ਆਪਣੇ ਪਿੰਡ ਦੀ ਸਾਡੀ ਨਾਲ ਹੀ ਆ ਗਿਆ ਜੀ ਕਦੇ ਜਿਹੜੀਆਂ ਬਚਪਨ ਦੇ ਵਿੱਚ ਖੇਡਾਂ ਖੇਡੀਆਂ ਸੀ ਅੱਜ ਵੀ ਯਾਦ ਆਉਂਦੀਆਂ ਨੇ ਉਹ ਜਾ ਮਿਲਣ ਨੂੰ ਜੀ ਕਰਦਾ ਉਹਨਾਂ ਯਾਰ ਬੇਲੀ ਨੂੰ ਫੁੱਟ ਬਾਸੀ ਰਸਾ ਕਿ ਜੀ ਰਸਾ ਕਿ ਦੇ ਨੇ ਮਡੇ ਟੋਏ ਮਾਰ ਲੈਣ ਪੈ ਰਾਜ ਦੇ ਗਾਂ ਤੋਂ ਕੇ ਸੰਦੇ ਜਾਣ ਜੀ ਸੇ ਕੋਈ ਕਰਦੇ ਆ ਬੰਦਿਆਂ ਬਹੁਤ ਕੁ ਕੀਤਾ ਉਹਨਾਂ ਨੂੰ ਮਿਲਣ ਨੂੰ ਚੇ ਕਰਦਾ ਅਜੇ ਵੀ ਉਹ ਜੀ ਕਰਦਾ ਹੁਣ ਤੁਹਾਨੂੰ ਕਿੱਥੇ ਜਾਣ ਦੇਣਾ ਜੀ ਤੇ ਬਾਪੂ ਜਿਹੜੇ ਤੁਸੀਂ ਸਕੂਲ ਦੇ ਵਿੱਚ ਪੜ੍ਹਦੇ ਸੀ ਅਧਿਆਪਕ ਕਿੰਨੇ ਸੀ ਕਿਸ ਤਰੀਕੇ ਦੇ ਸੀ ਯਾਰ ਨਾ ਨਾ ਸ਼ਾਮ ਹੁੰਦਾ ਅੱਜ ਇਹ ਮੌਜਾ ਬਖਸ਼ ਤੋ ਵੀ ਅੱਲਾ ਰੱਖਾ ਬਰਕਤ अली ਨੂਰ ਲਾਈ ਵਸ ਇਹਨੇ ਮਜ਼ਮਾਨ ਜੀ 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 ਨਹੀਂ ਜਿਹੜਾ ਅਧਿਆਪਕ ਸੀ ਜਿਹੜੇ ਤੁਹਾਡੇ ਉਹਨਾਂ ਦਾ ਨਾਮ ਨੂਰ ਲਾਈ ਜੀ ਨੂਰ ਲਾਈ ਅੱਲਾ ਰੱਖਾ ਮੌਜਾ ਬਖਸ਼ ਤੋ ਵੀ ਫਿਰ ਪੜਾਈ ਕਿਸ ਤਰੀਕੇ ਦੀ ਤੁਸੀਂ ਕਰਦੇ ਸੀ ਕੀ ਪੜਾਉਂਦੇ ਸੀ ਤੁਹਾਨੂੰ ਭਾਈ ਜੀ ਗ੍ਰਾਫੀਆ ਸਾਹਿਬ ਜੀਮੈਟਰੀ ਜੀ ਤੇ ਪਰੀ ਜੀ ਗ੍ਰਾਫੀਆ ਹੀ ਹੈਗਾ ਹੈਗਾ ਸਾਇੰਸ ਹੈਗੀ ਜੀ ਸਾਇੰਸ ਨਹੀਂ ਮੈਂ ਪੜੀ ਪਰ ਉਹ ਫਾਰਸੀ ਦੇ ਮਸਮਾਨ ਪੜ ਲਈ ਫਾਰਸੀ ਹੈ ਮਾਸੇ ਪੜਾਉਂਦੇ ਉਹ ਮਸਮਾਨ ਪੜਦੇ ਫਾਰਸੀ ਜੀ 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 ਬੜਾ ਕੁਝ ਨਹੀਂ ਜੀ ਨੇ ਕੀਤਾ ਸ਼ਰਾਰਤਾਂ ਕਰਦੇ ਕੁਕ ਨਹੀਂ ਕਰਦੇ ਜੀ ਜੀ ਉਹ ਸ਼ਰਾਰਤ ਸਾਡ ਨਾਲ ਸਾਂਝੀ ਕਰੋਗੇ ਕਿਹੜੀ ਜੀ ਤੁਸੀਂ ਬਚਪਨ ਦੇ ਵਿੱਚ ਜਿਹੜੀ ਕੀਤੀ ਹੋਵੇ ਨਾ ਬੋਲ ਵੀ ਕੀ ਕਰਨੀ ਆ ਨਾ ਸਲਵਾਪੂਜੀ ਅਸੀਂ ਉਮੀਦ ਕਰਦੇ ਹਾਂ ਕਿ ਚਲੋ ਤੁਹਾਡੀ ਜ਼ਿੰਦਗੀ ਜਿਹੜੀ ਐ ਇਸੇ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੀ ਐ ਚਲਦੀ ਰਹੇ ਬਾਪੂ ਜੀ ਜਿਹੜੀ ਇਹ ਵੰਡ ਹੋਈ ਐ ਜੀ ਤੁਸੀਂ ਕੀ ਸੋਚਦੇ ਹੋ ਕਿ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਸੀ ਉਹ ਕੋਈ ਕਤਲ ਨਹੀਂ ਕਰਾਈ ਆ ਉਹਦੇ ਮੈਂ ਜਨਾ ਹੈਗਾ ਹੀ ਆ ਮਾਸ਼ਪਤਾਰਾ ਨੂੰ ਜਨਾ ਕਰਾਈ ਆ ਜੀ ਜਨਾ ਤੇ ਮਾਸ਼ਪਤਾਰਾ ਨੂੰ ਤੇ ਬਈ 2000 ਰੁਪਏ ਹੈਗੇ ਉਹ ਇਹ ਹੋਣੀ ਚਾਹੀਦੀ ਸੀ ਕਿ ਨਹੀਂ ਸੀ ਹੋਣੀ ਚਾਹੀਦੀ ਤੁਸੀਂ ਉਹ ਇਹ ਵੀ ਜਾਂਦੇ ਐ ਕਿ ਖਣਾ ਐਂ ਵੇਜੇ ਵੀ ਨਾ ਆਏ ਨਾ ਬਣੇ ਐਂ ਬਿਟੇ ਇਟਖਾਣੇ ਮੈਂ ਉਹਦਾ ਹੁਕਮ ਹੋਇਆ ਉਠਣਾ ਪਿਆ ਸਾਨੂੰ ਜੀ ਚਾਰ ਵੇਈ ਉੱਠ ਕੇ ਤੁਰ ਪਏ ਆ ਜੀ ਮਾਈ ਸਾਡੀ ਅਖੇ ਕਿੱ데 ਜਾਣਾ ਤਾਂ ਐ ਉਹ ਮੈਂ ਭਰਾਵਾਂ ਦਾ ਆਂਦਾ ਹਾਂ ਉੱਥੇ ਜਾ ਕੇ ਮਰ ਜਾਣਾ ਸਾਨੂੰ ਕਹੇਗਾ ਆਪਣ ਦੇਣਾ ਜੀ ਆ ਗਏ ਤੁਸੀਂ ਹੁਣ ਜਿਸ ਤਰ੍ਹਾਂ ਵੰਡ ਹੋ ਗਈ ਜੀ ਸਾਰਾ ਕੁਝ ਹੋ ਗਿਆ ਸੀ ਤੁਸੀਂ ਹੁਣ ਕੀ ਸਮਝਦੇ ਹੋ ਕਿ ਇਹ ਜਿਹੜੇ ਫੈਸਲੇ ਕੀਤੇ ਸੀ ਜਿੱਦਾਂ ਹੁਣ ਜਿਹੜੇ ਹੋਰ ਵੀ ਤੁਹਾਡੀ ਉਮਰ ਦੇ ਜਿਹੜੇ ਉਧਰੋਂ ਲੋਕ ਆਏ ਸੀ ਹਾਂਜੀ ਉਹਨਾਂ ਨੂੰ ਦੁਬਾਰਾ ਆਪਣੀ ਜਨਮ ਭੂਮੀ ਆਪਣਾ ਪਿੰਡ ਵੇਖਣ ਵਾਸਤੇ ਸਰਕਾਰਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਜਾਂਦੀ ਅਗਾ ਦੇਣੀ ਚਾਹੀਦੀ ਨਹੀਂ ਕੀ ਹੋਣਾ ਨਾ ਕਰੇ ਚੰਗਾ ਬਾਹਰ ਟਿਕਾਣੇ ਬੀਠੇ ਆਣਗੇ ਜੀ ਕੀ ਜੀ ਕਹਦਾਗਾ ਛੜਨੂ ਜੀ ਅਗਿਓ ਤਾਂ ਮਾਹੀ ਛੜਕੂ ਜੀ ਕਹਦਾਗਾ ਛੜਨੂ ਨਹੀਂ ਨਹੀਂ ਆ ਜਾਨ ਵਾਸਤੇ ਨਹੀਂ ਸਿਰਫ ਆਪਣਾ ਪਿੰਡ ਵੇਖਣ ਵਾਸਤੇ ਪੜ ਕੀ ਵੇਖਾਂ ਪਿੰਡੋਂ ਆਏ ਹੋ ਜੀ ਸੇਵਾ ਸੰਦੇ ਆਏ ਪਿੰਡੋਂ ਆਈ ਆ ਜੀ 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 ਕਿਸੇ ਨੂੰ ਰੋਟੀ ਮਿਲ ਲਈ ਆ ਜੀ ਤੇ ਹੋਰ ਤੁਹਾਡੇ ਭੈਣ ਭਰਾ ਕਿੰਨੇ ਸੀ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਉਦੋਂ ਤੁਸੀਂ ਇੱਧਰ ਆਏ ਸੀ ਉਹ ਜੀ ਸਾਡਾ ਪਿੰਡ ਬਹੁਤ ਵੱਡਾ ਹੀ ਪਿੰਡ ਬਹੁਤ ਵੱਡਾ ਹੈ ਸਾਡਾ ਆਹਣ ਕੀ ਅਸੀਂ ਦੋ ਭਰਾ ਹਾਂ ਤੇ ਸਾਡੀ ਭੈਣ ਆ ਜੀ ਇਹ ਨੇ ਤੇ ਉਹ ਫਿਰ ਤੁਹਾਡੇ ਛੋਟੇ ਸੀ ਜਾਂ ਵੱਡੇ ਸੀ ਤੁਹਾਡੇ ਤੋਂ ਮੈਂ ਭਰਾ ਮੇਰੇ ਨਾਲ ਵੱਡਾ ਹੀ ਮੈਂ ਛੋਟਾ ਹਾਂ ਇਹ ਜਿਸ ਤਰ੍ਹਾਂ ਤੁਸੀਂ ਅਸੀਂ ਸੁਣਿਆ ਵੀ ਆ ਕਿ ਖਾਸ ਕਰਕੇ ਔਰਤਾਂ ਵਾਸਤੇ ਸਮਾਂ ਬੜਾ ਮੜਾ ਸੀ ਮੜਾ ਬਹੁਤ ਬੇਬਾਹੜ ਬੜਾ ਜਿਆਦਾ ਇੱਕ ਸਿੰਘ ਸੀ ਉਹ ਆਪਣੇ ਧੀਆਂ ਸਾਡੀਆਂ ਨਹੀਂ ਸ਼ੀਰ ਕਰ ਦਿਤੀਆਂ ਤੇ ਮੈਂ ਜਾ ਨਹੀਂ ਸਕਦਾ ਆਪਣੇ ਧੀਆਂ ਸ਼ੀਰ ਕਰ ਦਿਤੀਆਂ ਔਰਤਾਂ ਨੂੰ ਆਪਣੀ ਰੱਖਿਆ ਵਾਸਤੇ ਕਿ ਕੋਈ ਇੱਜ਼ਤ ਜਾਂ ਉਹਨਾਂ ਦੀ ਮਤਲਬ ਆਬਰੂ ਨੂੰ ਕੋਈ ਹੱਥ ਨਾ ਪਾਵੇ ਕੋਈ ਖਾਸ ਹਦਾਇਤਾਂ ਕੀਤੀਆਂ ਜਾਂਦੀਆਂ ਸੀ ਆਪਣੀ ਸੁਰੱਖਿਆ ਵਾਸਤੇ ਔਰਤਾਂ ਨੂੰ ਕਰਨਾ ਬੈਨਬੈ ਨਹੀਂ ਠੀਕ ਰਿਆ ਕਮ ਸਾਡੀ ਤਾਂ ਵੀ ਅੱਖਾਂ ਨੰਗੀਆਂ ਰੱਖੋ ਮੂੰਹ ਤੇ ਇਹ ਮਾਰੀ ਪੈ ਗਈ ਮੌਤ ਨਾ ਹੋ ਜੇ ਕੇ ਦੀ ਅਸੀਂ ਆ ਗਿਆ ਤੁਹਾਨੂੰ ਬੜੀ ਮਾਰ ਰਿਹਾ ਤੇ ਪਾਈ ਉਹਨਾਂ ਦਾ ਸ਼ਾਇਦ ਨਹੀਂ ਟੀਪੇ ਲਾਤੀ 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 ਲਾ ਉਹ ਅਸੀਂ ਇਜਾਜ਼ਤ ਅੱਖਾਂ ਹੀ ਪਾਣੀ ਆ ਜਾਂਦਾ ਚਲੋ ਕੋਈ ਗੱਲ ਨਹੀਂ ਜਿੰਨੀ ਲਿਖੀ ਭੋਗ ਤੋਂ ਨਹੀਂ ਜਾਣੀ ਆ ਜੀ 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 ਨਹੀਂ ਨਾਤੇ ਉਹਦੇ ਨਾ ਘਟੇ ਇਹ ਲਿਖੀ ਨਹੀਂ ਭੋਗੇ ਜਾਣਾ ਇਹ ਤੇ ਫਿਰ ਬਾਪੂ ਜੀ ਪਿੰਡ ਦੇ ਵਿੱਚ ਠੀਕ ਸੀ ਸੁੱਖ ਸ਼ਾਂਤੀ ਸਾਰੇ ਜਦੋਂ ਤੁਸੀਂ ਇੱਥੇ ਪਹੁੰਚੇ ਸੀ ਐਂ ਜਿਵੇਂ ਆਏ ਨਾ ਸਾਡੇ ਤਿੰਨ ਬੜਾ ਆਦਮੀ ਆਹੀਂ ਇੱਕ ਇਧਰ ਤੇ ਨਾ ਰਾਮਗੜੀਆ ਸੀ ਇੱਕ ਜੱਟ ਸਿੰਘ ਸੀ ਉਹਨਾਂ ਸਾਂਝੇ ਨੇ ਘਰ ਸੀ ਸਾਂਝੀਆਂ ਦੇ ਹੋਰ ਮਈ ਵੀ ਸੰਗਰੇਗਾ ਜੀ ਦੇ ਕਾ ਸਿਵਾ ਜੀ 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 ਤੇ ਇੱਥੇ ਫਿਰ ਜਿਹੜਾ ਮਕਾਨ ਤੁਸੀਂ ਬਣਾਇਆ ਫਿਰ ਆਪ ਕਿ ਜਾਂ ਪਹਿਲਾਂ ਹੀ ਬਣਿਆ ਸੀ ਉੱਥੇ ਤੁਸੀਂ ਨਹੀਂ ਆਪ ਸਭ ਆਹ ਸਾਂਝੇ ਦੇ ਆ ਗਏ ਆਪਣੇ ਅਸੀਂ ਆ ਗਏ ਤੇ ਕੀਤਾ ਸਭ ਕੁਝ ਜੀ सू खाली जगह महा मिली दें तो जगह है नहीं गई लाड करा लिया परिवार उन्नी मतलब था आँगा उन्नी नहीं, नहीं मतलब ला ये आदार से भी लेते जो बगैर इतनी हाँ भाई इतनी लाट हुई एक पिंड से लागे मतलब यदि पी हो ਆਪਾਡਾ ਬੁਰਕੀ ਲਾਉਣਾ ਨੇ ਉਹ ਵੀ ਬਰੋਸਾ ਕਰਾਈ ਉਹ ਤੋਂ ਪਿਆਰ ਨਾਲ ਇਸੇ ਹਗੀ ਕਰਨਾ ਠੀਕ ਹੈ ਬਾਪੂ ਜੀ ਅਸੀਂ ਤੁਹਾਡੀ ਸਿਹਤ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਤੁਹਾਨੂੰ ਸਿਹਤ ਜਾ ਬਖਸ਼ੇ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਹਾਸ ਦੇ ਵਾਸਤੇ ਪਰਿਵਾਰ ਦੇ ਵਿੱਚ ਆਪਣਾ ਜੀਵਨ ਜਿਹੜਾ ਉਹ ਬਸਰ ਕਰੋ ਜੀ ਸੋ ਇਹ ਸਾਡੇ ਬਾਪੂ ਜੀ ਸਿੰਘ ਜੀ ਉਮਰ ਲਮੇਰੀ ਹੋਣ ਕਰਕੇ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਦਿਮਾਗ ਦੇ ਵਿੱਚੋਂ ਜਿਹੜੀਆਂ ਨੇ ਵਿਸਰ ਵੀ ਗਈਆਂ ਨੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਉਮਰ ਦੇ ਤਗਾਜ਼ੇ ਦੇ ਨਾਲ ਕਈ ਜਿਹੜੀਆਂ ਨੇ ਗੱਲਾਂ ਨੇ ਉਹ ਮਹਾਰੇ ਜਿਹੜੀਆਂ ਦਿਮਾਗ ਦੇ ਵਿੱਚੋਂ ਜਿਹੜੀਆਂ ਨਿਕਲ ਜਾਂਦੀਆਂ ਨੇ ਪਰ ਉਹਨਾਂ ਦਾ ਵੀ ਕਹਿਣਾ ਹੈ ਕਿ ਜੇ ਅੱਜ ਵੀ ਉਹਨਾਂ ਨੂੰ ਕਿਤੇ ਮੌਕਾ ਮਿਲੇ ਚਾਹੇ ਜਾਂ ਜੁਮਰ ਉਹਨਾਂ ਦੀ ਬਹੁਤ ਲਈ ਮੇਰੀ ਹੋ ਚੁੱਕੀ ਹੈ ਸਰਕਾਰਾਂ ਨਹੀਂ ਇਹ ਫੈਸਲਾ ਜਿਹੜੀਆਂ ਕਰ ਸਕੀਆਂ ਕਿ ਇਹਨਾਂ ਨੂੰ ਜਾਣ ਦਾ ਦੁਬਾਰਾ ਉਧਰ ਮੌਕਾ ਮਿਲੇ ਪਰ ਫਿਰ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਚਾਹਤ ਹੈ ਕਿ ਉਹ ਦੁਬਾਰਾ ਆਪਣੀ ਉਸ ਜਨਮ ਭੇਣ ਨੂੰ ਦੇਖਣ ਤੇ ਆਪ ਅੱਖੀਂ ਜਿਹੜਾ ਸਾਰਾ ਕੁਝ ਨਿਹਾਰ ਸਕਣ ਸੋ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਰੁਪਾਲ ਨੂੰ ਦਿਓ ਇਜਾਜ਼ਤ ਧੰਨਵਾਦ